ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਬੱਬੀ ਦੀ ਵੈਜੀਟੇਨ ਕਿਚਨ ਦੇ ਵਿੱਚ ਅੱਜ ਆਪਾਂ ਤੁਹਾਨੂੰ ਚਾਕਲੇਟ ਵਾਲਾ ਮੂਸ ਬਣਾ ਕੇ ਦਿਖਾਵਾਂਗੇ ਉਹ ਵੀ ਚਾਕਲੇਟ ਵਾਲੀ ਬਰੌਨੀ ਦੇ ਨਾਲ ਵੀਡੀਓ ਦੇਖਦੇ ਹੋਣੇ ਤਾਂ ਲਾਈਕ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਗੇ ਹੋ ਅੱਜ ਫਿਰ ਆਪਾਂ ਬਣਾਉਣਾ ਸ਼ੁਰੂ ਕਰੀਏ ਚਾਕਲੇਟ ਦਾ ਜਿਹੜਾ ਅੱਪ ਅੱਜ ਮੂਸ ਬਣਾਉਣ ਲੱਗੇ ਆ ਉਹਦੇ ਲਈ ਮੈਂ ਡਾਰਕ ਚਾਕਲੇਟ ਯੂਜ਼ ਕਰਨ ਲੱਗੇ ਆ 100 ਗ੍ਰਾਮ ਆਪਾਂ ਚਾਕਲੇਟ ਲਈਆ ਚਾਹੇ ਤੁਸੀਂ ਚਾਕਲੇਟ ਚਿਪਸ ਵੀ ਲੈ ਲੈ ਸਕਦੇ ਆ ਤੇ ਚਾਹੇ ਤੁਸੀਂ ਇਦਾਂ ਬੰਦ ਵਾਲਾ ਪੈਕਟ ਜਿਹੜਾ ਹੁੰਦਾ ਉਹ ਵੀ ਲੈ ਸਕਦੇ ਹੋ ਨਾ 100 ਗ੍ਰਾਮ ਚਾਕਲੇਟ ਤੇ ਇੱਕ ਆਪਾਂ ਵੇਪਕ੍ਰੀਮ ਦੀ ਡੱਬੀ ਲਈਆ 300 ਗ੍ਰਾਮ 300 ਮਲ ਲਿਆ ਇਹਦੇ ਵਿੱਚ ਇੱਕ ਆਪਾਂ ਇਹ ਵੇਪਕ੍ਰੀਮ ਲਵਾਂਗੇ ਇਹਦੇ ਵਿੱਚ ਇੱਕ ਪਾਵਾਂਗੇ ਇਹਦੇ ਵਿੱਚ ਆਪਾਂ ਸੌਫਟ ਚੀਜ਼ ਤੇ ਸਭ ਤੋਂ ਪਹਿਲਾਂ ਆਪਾਂ ਜਿਹੜੀ ਚਾਕਲੇਟ ਆ ਇਹਨੂੰ ਆਪਾਂ ਬੋਲ ਦੇ ਵਿੱਚ ਪਾ ਲੈਣਾ ਆ ਬੋਲ ਚ ਪਾ ਕੇ ਤਾਂ ਦੋ ਟੇਬਲ ਦੇ ਵਿੱਚ ਪਾਉਣਾ ਦੁੱਧ ਤੇ ਉਹਨੂੰ ਮਾਈਕ੍ਰੋ ਦੇ ਵਿੱਚ 1 ਮਿੰਟ ਤੇ ਲਾ ਦੇਣਾ ਆ ਉਹਨਾਂ ਚਾਕਲੇਟ ਜਿਹੜੀ ਆਪਣੀ ਮੈਲਟ ਹੋ ਜਾਊਗੀ ਜਿਹੜੀ ਚਾਕਲੇਟ ਆ ਆਪਾਂ ਦੋ ਦੇ ਵਿੱਚ ਟੇਬਲस्पून ਵੱਡੇ ਪਾ ਕੇ ਦੁੱਧ ਦੇ ਤੇ 1 ਮਿੰਟ ਲਾ ਕੇ ਚਾਕਲੇਟ ਆਪਾਂ ਮੈਲਟ ਕਰ ਲਈਏ ਜੇ ਤੁਸੀਂ ਸ্লাইਸ ਵਾਲੀ ਪਾਉਣੀ ਆ ਤਾਂ ਉਹਨੂੰ ਬ੍ਰਿਕ ਬ੍ਰਿਕ ਕੱਟ ਲੈਣਾ ਆ ਜੇ ਚਾਕਲੇਟ ਚਿਪਸ ਆ ਤੇ ਫਿਰ ਤੁਸੀਂ ਉਹਨੂੰ ਇੱਦੇ ਬੋਲ ਦੇ ਵਿੱਚ ਪਾ ਕੇ 1 ਮਿੰਟ ਤੇ ਲਾ ਲਓ ਚਾਕਲੇਟ ਮੈਲਟ ਹੋ ਜਾਂਦੀ ਹੈ ਹੁਣ ਆਪਾਂ ਵਿਪੀਮ ਜਿਹੜੀ ਲਈ ਆ ਉਹ ਆਪਾਂ ਇਹ ਵਿੱਚ ਪਾਵਾਂਗੇ ਬੋਲ ਦੇ ਵਿੱਚ ਬੀਟ ਕਰਨ ਲਈ ਹੁਣ ਇਹਨੂੰ ਮੈਂ ਆਪਾਂ ਮਸ਼ੀਨ ਦੇ ਨਾਲ ਬੀਟ ਕਰਾਂਗੇ ਕਰੀਮ ਆਪਾਂ ਬੀਟ ਕਰ ਲਈ ਆ ਹੁਣ ਆਪਾਂ ਇਹ ਵਿੱਚ ਪਾਵਾਂਗੇ ਸੌਫਟ ਚੀਜ਼ ਜਿਹੜੀ ਲਈ ਆ ਇਹ ਆਪਸ਼ਨਲ ਹੈ ਜੇ ਤੁਸੀਂ ਨਹੀਂ ਪਾਣੀ ਚਾਹੁੰਦੇ ਤਾਂ ਕੱਲੀ ਵਿਪ ਕਰੀਮ ਦੇ ਨਾਲ ਵੀ ਜਿਹੜਾ ਇਹ ਚਾਕਲੇਟ ਮੂਸ ਬਣ ਸਕਦਾ ਆ ਨਾ ਇਹਦੇ ਵਿੱਚ ਆਪਾਂ ਥੋੜੀ ਜਿਹੀ ਸੌਫਟ ਚੀਜ਼ ਪਾਵਾਂਗੇ ਹੁਣ ਇਹਨੂੰ ਆਪਾਂ ਦੁਬਾਰਾ ਤੋਂ ਬੀਟ ਕਰਾਂਗੇ ਇਹਨੂੰ ਆਪਾਂ ਜ਼ਿਆਦਾ ਜਿਹਦਾ ਥਿਕਨੈਸ ਕਰਨਾ ਕਰਕੇ ਆਪਾਂ ਚਾਕਲੇਟ ਮੂਸ ਬਣਾਉਣਾ ਹੈ ਚੀਜ਼ ਕੇਕ ਨਹੀਂ ਬਣਾਉਣਾ ਹੈਗਾ ਇਹ ਇਦਾਂ ਦੀ ਸੌਫਟ ਰੱਖਣੀ ਹੈ ਇਦਾਂ ਆਪਣੇ ਆਪ ਡੈਗਦੀ ਹੋਵੇ ਹਨਾ ਅੱਧੀ ਆਪਾਂ ਇਹਦੇ ਚੋਂ ਕੱਢ ਲੈਣੀ ਆ ਕਰਕੇ ਆਪਾਂ ਫਿਰ ਡੈਕੋਰੇਟ ਕਰਨਾ ਕਰਕੇ ਹਨਾ ਆਪਾਂ ਇਹਨੂੰ ਪਾਈਪਿੰਗ ਬੈਗ ਦੇ ਵਿੱਚ ਪਾ ਲੈਣਾ ਅੱਧੀ ਨੂੰ ਇਹਦੇ ਗਲਾਸ ਦੇ ਵਿੱਚ ਬੈਗ ਰੱਖ ਦੇਣਾ ਥੱਲੇ ਆਪਾਂ ਕੱਟਿਆ ਨਹੀਂ ਬੈਗ ਹਜੇ ਇਹਨੂੰ ਆਪਾਂ ਹੁਣ ਇੱਕ ਪਾਸੇ ਰੱਖ ਦੇਣਾ ਇਹਦੇ ਚ ਆਪਾਂ ਚਾਕਲੇਟ ਮਿਕਸ ਕਰ ਦੇਣੀ ਵਿੱਚ ਮਸ਼ੀਨ ਦੇ ਨਾਲ ਆਪਾਂ ਇਹਨੂੰ ਮਿਕਸ ਕਰ ਲੈਣਾ ਚਾਕਲੇਟ ਆਪਣੀ ਜਿਹੜੀ ਮਿਕਸ ਹੋ ਗਈ ਆ ਹੁਣ ਆਪਾਂ ਪਲੇਟਿੰਗ ਕਰਨੀ ਹੈ ਇਹਨੇ ਇਹਨੂੰ ਵੀ ਆਪਾਂ ਇਦਾਂ ਗਲਾਸ ਰੱਖ ਕੇ ਤੇ ਬੈਗ ਜਿਹੜਾ ਆ ਬੈਗ ਗਲਾਸ ਦੇ ਵਿੱਚ ਰੱਖ ਕੇ ਤੇ ਇਹ ਵੀ ਇਹਦੇ ਵਿੱਚ ਆਪਾਂ ਕੱਢ ਲੈਣਾ ਫੇਰ ਜਿਹੜੀ ਆ ਡੈਕੋਰੇਸ਼ਨ ਕਰਨੀ ਸੌਖੀ ਹੋ ਜਾਊਗੀ ਹਨਾ ਇਹਨੂੰ ਗਲਾਸ ਦੇ ਵਿੱਚ ਸ਼ਿਫਟ ਕਰ ਦੇਣਾ ਆਪਾਂ ਜਿਹੜਾ ਚਾਕਲੇਟ ਮੂਸ ਹੁੰਦਾ ਆ ਉਹ ਥੋੜਾ ਜਿਹਾ ਆਪਾਂ ਜਿਆਦਾ ਪਤਲਾ ਰੱਖਿਆ ਹੈ ਕਰਕੇ ਛਾਸ ਦੇ ਵਿੱਚ ਸ਼ਿਫਟ ਕਰ ਦੇਣਾ ਆਪਾਂ ਇਹੜਾ ਚਾਕਲੇਟ ਮੂਸ ਹੁੰਦਾ ਆ ਉਹ ਥੋੜਾ ਜਿਹਾ ਆਪਾਂ ਜਿਆਦਾ ਪਤਲਾ ਰੱਖਿਆ ਹੈ ਕਰਕੇ ਚੀਜ਼ ਕੇਕ ਹੁੰਦਾ ਤਾਂ ਥੋੜਾ ਜਿਹਾ ਹੋਰ ਠਿੱਕ ਕਰਨਾ ਸੀ ਆਪਾਂ ਪਲੇਟਿੰਗ ਕਰ ਲਈ ਮੈਂ ਦੋ ਲੈ ਆ ਗਲਾਸ ਇਹ ਰਿਚ ਤੁਸੀਂ ਚਾਹੋ ਤਾਂ ਥੱਲੇ ਬਿਸਕੁਟ ਬੀ ਕੋਰ ਕੇ ਜਿਹਦਾ ਆਪਾਂ ਚੀਜ਼ ਕੇਕ ਬਣਾਈ ਦਾ ਥੱਲੇ ਪਾਈ ਦੇਣਾ ਉਹਦਾ ਵੀ ਬਾ ਸਕਦੇ ਆ ਪਰ ਮੈਂ ਇਸ ਲਈ ਚਾਕਲੇਟ ਵਾਲੀ ਬਰੌਨੀਜ਼ ਬਣਾਈ ਆ ਇਹਦੀ ਮੈਂ ਵੀਡੀਓ ਤੁਹਾਡੇ ਨਾਲ ਆਲਰੇਡੀ ਪਹਿਲੇ ਸ਼ੇਅਰ ਕਰ ਚੁੱਕੀ ਆ ਇਸ ਕਰਕੇ ਮੈਂ ਤੁਹਾਨੂੰ ਇਹ ਦਿਖਾਈ ਨਹੀਂ ਇਹਦੇ ਚ ਆਪਾਂ ਬਰੌਨੀਜ਼ ਜਿਹੜੀ ਆ ਥੋੜ੍ਹੀ ਥੋੜੀ ਦਾ ਕ੍ਰਸ਼ ਕਰਕੇ ਗਲਾਸ ਦੇ ਵਿੱਚ ਪਾਵਾਂਗੇ ਥੱਲੇ ਪਹਿਲਾਂ ਆਪਾਂ ਇਹਨੂੰ ਚਮਚੇ ਦੇ ਨਾਲ ਪਹਿਲਾਂ ਥੱਲੇ ਚੰਗੀ ਤਰ੍ਹਾਂ ਇਦਾਂ ਸੈੱਟ ਕਰ ਦੇਣਾ ਹੁਣ ਆਪਾਂ ਇਹਦੇ ਉੱਪਰ ਦੀ ਪਾਵਾਂਗੇ ਚਾਕਲੇਟ ਜਿੱਦਾਂ ਆਪਾਂ ਬੈਗ ਦੇ ਵਿੱਚ ਪਾ ਕੇ ਰੱਖੀ ਆ ਇਹਨੂੰ ਆਪਾਂ ਥੱਲੇ ਕੱਟ ਕਰ ਦੇਣਾ ਇਹਦਾ ਫਿਰ ਇਹਦੇ ਨਾਲ ਬਹੁਤ ਸੋਹਣਾ ਜਿਹੜਾ ਆ ਸਾਰੀ ਲੇਡ ਨਾਈਸ ਆ ਜਾਊਗੀ ਚਾਰ ਚਫੇਰੇ ਇਹਨੂੰ ਆਪਾਂ ਇਦਾਂ ਪਾ ਦੇਣੀ ਆ ਨਾਈਸ ਦੋਨਾਂ ਗਲਾਸਾਂ 'ਚ ਹੁਣ ਆਪਾਂ ਜਿਹੜੀ ਵਿਪ ਕਰੀਮ ਕੱਲੀ ਕੱਢ ਕੇ ਰੱਖ ਲਈ ਸੀ ਹੁਣ ਆਪਾਂ ਉਹ ਪਾਵਾਂਗੇ ਉੱਪਰ ਦੀ ਇਹਨੂੰ ਵੀ ਇਦਾਂ ਥੱਲੇ ਕੱਟ ਕਰ ਲੈਣਾ ਫਿਰ ਨਾਈਸ ਜਿਹੇ ਨਾਲ ਪੈ ਜਾਂਦੀ ਆ ਜੇ ਨਹੀਂ ਹੈਗੇ ਪਾਈਪਿੰਗ ਤੇ ਤੁਸੀਂ ਫੇ ਚਮਚੇ ਦੇ ਨਾਲ ਵੀ ਪਾ ਸਕਦੇ ਹੋ ਹਨ ਦੋਨਾਂ ਗਲਾਸਾਂ ਚ ਪਾ ਦੇਣੀ ਆਪਾਂ ਇਦਾਂ ਚਾਕਲੇਟ ਮੂਸ ਆਪਣਾ ਹੋ ਜਾਣਾ ਰੈਡੀ ਤੁਸੀਂ ਵੀ ਦੇਖਿਓ ਵੀਡੀਓ ਬਣਾ ਕੇ ਦੇਖਦੇ ਹੋਣੇ ਤਾਂ ਲਾਈਕ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਗੇਓ ਥੈਂਕ ਯੂ ਮੇਰੀ ਵੈਚ ਤੁਸੀਂ ਇੱਥੇ ਤੱਕ ਲੈ ਕੇ ਆਏ ਆ ਲਓ ਜੀ ਆਪਾਂ ਦੋਨਾਂ ਗਲਾਸਾਂ ਦੇ ਵਿੱਚ ਇਹ ਤਾਂ ਪਾ ਲਈ ਆ ਹੁਣ ਤੁਸੀਂ ਡੈਕੋਰੇਸ਼ਨ ਕਰਨ ਨੂੰ ਉੱਤੇ ਇਹਦੇ ਜੋ ਮਰਜ਼ੀ ਲਾ ਸਕਦੇ ਆ ਚਾਹੇ ਚਾਕਲੇਟ ਦੇ ਬੋਲ ਲਾ ਦਿਓ ਚਾਹੇ ਤੁਸੀਂ ਇੱਥੇ ਸਪ੍ਰਿੰਕਲਸ ਪਾ ਦਿਓ ਵੀਡੀਓ ਦੇਖਦੇ ਹੋਣੇ ਤਾਂ ਲਾਈਕ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ। ਥੈਂਕ ਯੂ ਵੈਰੀ ਮਚ ਤੁਹਾਡਾ ਵੀਡੀਓ ਦੇਖਣ ਦਾ। ਥੈਂਕ ਯੂ ਵੈਰੀ ਮਚ।